ਦੀ ਕਰੀਏ ਤਾਂ RCMP ਨੇ ਕਿਸੇ ਵੇਲੇ ਕੈਨੇਡਾ ਦੀ ਪੁਲਿਸਿੰਗ ਜਿਹੜੀ ਆ ਸੰਭੀ ਹੋਈ ਸੀਗੀ ਪਰ ਜਿਵੇਂ ਜਿਵੇਂ ਸ਼ਹਿਰ ਵੱਡੇ ਹੋ ਰਹੇ ਆ ਹੌਲੀ ਹੌਲੀ RCMP ਦੇ ਸ਼ਿਕੰਜੇ ਦੇ ਵਿੱਚੋਂ ਨਿਕਲਦੇ ਜਾ ਰਹੇ ਆ ਜਿਹਦਾ ਇੱਕ ਵੱਡਾ ਕਾਰਨ RCMP ਦੇ ਵਿੱਚ ਲੋਕਾਂ ਦੀ ਬੇਵਿਸ਼ਵਾਸੀ ਆ ਗੱਲ ਗਵਾਂਡੀ ਸੂਬੇ ਲਿਬਰਟਾ ਦੀ ਕਰੀਏ ਤਾਂ ਉੱਥੋਂ ਦੇ ਜਿਹੜੇ ਦੋ ਵੱਡੇ ਸ਼ਹਿਰ ਆ ਐਡਮਿੰਟਨ ਤੇ ਕੈਲਗਰੀ ਉੱਤੇ ਪਹਿਲਾਂ ਹੀ ਲੋਕਲ ਪੁਲਿਸ ਆ ਤੇ ਪ੍ਰੋਵਿੰਸ਼ਲ ਪੱਧਰ ਦੇ ਉੱਤੇ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ ਕਿ ਅੰਟਾਰੀਓ ਵਾਂਗ ਇੱਥੇ ਵੀ ਪਰਵਿੰਸ਼ਲ ਪੁਲਿਸ ਜਿਹੜੀ ਆ ਹੋ ਲੈ ਕੇ ਜਾਂਦੀ ਜਾਵੇ ਜਿਵੇਂ ਅੰਟਾਰੀਓ ਸੂਬੇ ਦੇ ਵਿੱਚ ਸੂਬੇ ਦੀ ਆਪਣੀ ਪੁਲਿਸ ਹੈ ਜਿਹਨੂੰ OPP ਸੱਦਦੇ ਆ ਇਦਾਂ ਹੀ RCMP ਦੀ ਬਜਾਏ ਅਲਬਰਟਾ ਦੇ ਵਿੱਚ ਵੀ ਅਲਬਰਟਾ ਪੁਲਿਸ ਲਿਆਉਣ ਦੀ ਜਿਹੜੀ ਆ ਚਰਚਾ ਉਹ ਚੱਲ ਰਹੀ ਆ ਇਸ ਸੰਬੰਧੀ ਕਈ ਕੁਝ ਕੀਤਾ ਜਾ ਚੁੱਕਾ ਆ ਹੁਣ 70 ਕੁ ਹਜ਼ਾਰ ਦੀ ਆਬਾਦੀ ਵਾਲਾ ਇੱਕ ਹੋਰ ਸ਼ਹਿਰ ਅਲਬਰਟਾ ਦਾ ਗ੍ਰੈਂਡ ਪ੍ਰੇਰੀ ਉਹਨਾਂ ਦੀ ਕਾਉਂਸਲ ਨੇ ਵੀ ਕੱਲ 8 ਇੱਕ ਦੇ ਫਰਕ ਦੇ ਨਾਲ RCMP ਨੂੰ ਉੱਥੋਂ ਚਲੇ ਜਾਣ ਵਾਸਤੇ ਜਿਹੜਾ ਆ ਤੇ ਲੋਕਲ ਪੁਲਿਸ ਲਿਆਉਣ ਵਾਸਤੇ ਮਤਾ ਪਾਸ ਕਰ ਦਿੱਤਾ ਆ ਹਾਲਾਂਕਿ ਆਰਸੀਐਮਪੀ ਵੱਲੋਂ ਸਰੀ ਵਾਂਗੂ ਉੱਥੇ ਵੀ ਕਾਫੀ ਦਲੀਲਾਂ ਦਿੱਤੀਆਂ ਗਈਆਂ ਸੀਗੀਆਂ ਪਰ ਕੌਂਸਲ ਕਹਿੰਦੀ ਵੀ ਅਸੀਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਆਪਣੀ ਲੋਕਲ ਪੁਲਿਸ ਇੱਥੇ ਲਿਆ ਕੇ ਕੰਮ ਲਵਾਵਾਂਗੇ ਕਿਉਂਕਿ ਲੋਕਲ ਪੁਲਿਸ ਹੀ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੀ ਆ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਇੱਕ ਪਾਸੇ 5-6 ਲੱਖ ਦੀ ਆਬਾਦੀ ਵਾਲਾ ਸਰੀ ਸ਼ਹਿਰ ਆ ਜਿੱਥੇ ਕਿ ਲੋਕਲ ਪੁਲਿਸ ਲਿਆਉਣ ਦੇ ਰਾਹ ਦੇ ਵਿੱਚ ਢੜਡਿਕੇ ਡਾਇਏ ਜਾ ਰਹੇ ਆ ਤੇ ਦੂਜੇ ਪਾਸੇ 70 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਵੀ ਜਿਹੜੇ ਕਹਿ ਰਹੇ ਆ ਕਿ ਸਾਨੂੰ ਲੋਕਲ ਪੁਲਿਸ ਚਾਹੀਦੀ ਆ ਸੋ ਅਡਰ ਸਟੱਡੀ ਜਿਹੜੀਆਂ ਆ ਅਡਡ ਰਿਪੋਰਟਾਂ ਸਿੱਧ ਕਰ ਚੁੱਕੀਆਂ ਕਿ ਜਿਹੜੇ 1 ਲੱਖ ਤੋਂ ਉੱਪਰ ਆਬਾਦੀ ਵਾਲੇ ਸ਼ਹਿਰ ਆ ਉਹਨਾਂ ਨੂੰ RCMP ਹੈਂਡਲਿੰਗ ਕਰ ਸਕਦੀ ਇਸ ਕਰਕੇ ਜਿੰਨੇ ਵੀ ਵੱਡੇ ਸ਼ਹਿਰ ਨੇ ਕੈਨੇਡਾ ਦੇ ਚਾਹੇ ਉਹ ਵੈਨਕੂਵਰ ਆ ਚਾਹੇ ਐਡਮੰਟਨ ਕੈਲਗਰੀ ਆ ਚਾਹੇ ਟ੍ਰਾਂਟੋ ਆ ਮੌਂਟਰੀ ਆਲਿਆ ਉਥੇ ਆਪੋ ਆਪਣੀਆਂ ਲੋਕਲ ਜਾਂ ਰੀਜਨਲ ਪੁਲਿਸ ਜਿਹੜੀਆਂ ਆ ਉਹ ਕੰਮ ਕਰ ਰਹੀਆਂ ਆ ਪਰ ਸਰੀ ਜਿਹਦੀ ਬਾਦੀ ਵੈਨਕੂਵਰ ਦੇ ਬਰਾਬਰ ਹੋਣ ਜਾ ਰਹੀ ਹੈ ਲਗਭਗ ਵੱਧ ਜਾਣੀ ਹੈ ਬਲਕੇ ਉੱਥੇ ਹੱਲੇ ਵੀ RCMP ਮਾਡਲ ਧੱਕੇ ਨਾਲ ਫਿੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਗ੍ਰੈਂਡ ਪ੍ਰੇਰੀ ਵਾਲੇ ਸਟੈਂਡ ਲੈ ਗਏ ਆ ਜੀ ਉਹ ਕਹਿੰਦੇ ਵੀ ਸਾਨੂੰ ਆਪਣੀ ਲੋਕਲ ਪੁਲਿਸ ਚਾਹੀਦੀ ਹੈ ਤਾਂ ਅਸੀਂ ਇਹਦਾ ਖਰਚਾ ਚੱਕਣ ਦੇ ਬਿਲਕੁਲ ਸਮਰੱਥ ਹੈਗੇ ਆ ਜੀ ਸੋ ਇਹੇ ਹੁਣ ਇੱਕ ਨਵਾਂ ਅਧਿਆਏ ਅਲਬਰਟਾ ਦੇ ਵਿੱਚ ਖੁੱਲਣ ਜਾ ਰਿਹਾ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ